ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਤੁਹਾਡੇ? ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਫਲਾਇੰਗ ਬਰਡਸ ਤੇ। ਤੇ ਅਸੀਂ ਅੱਜ ਵੀਡੀਓ ਲੈ ਕੇ ਆ ਰਹੇ ਹਾਂ ਬੈਕਯਾਰਡ ਕਲੀਨਿੰਗ ਦੀ। ਸਾਡੇ ਕੋਲ ਘਾਹ ਕਾਫੀ ਬਹੁਤ ਜ਼ਿਆਦਾ ਹੋ ਰਿਹਾ ਗਿਆ। ਨਹੀਂ, ਕਲੀਨਿੰਗ ਨਹੀਂ ਹੈਗੀ ਇਹ, ਕੱਲੀ ਹੋਰ ਕੀ ਆ, ਇਹ ਚੈਲੰਜ ਆ। ਓਕੇ, ਇਹ ਸਾਡੇ ਵਿੱਚ ਚੈਲੰਜ ਆ। ਯੈਸ, ਚੈਲੰਜ ਕੀ ਹੈ ਫਿਰ ਦੱਸੋ ਵੀ। ਚੈਲੰਜ ਇਹ ਆ ਕਿ ਸਾਡੇ ਕੋਲ ਟਾਈਮ ਬਹੁਤ ਲਿਮਿਟਡ ਆ ਤੇ ਅਸੀਂ ਬੈਕਯਾਰਡ ਨੂੰ ਕਲੀਨ ਕਰਨਾ ਤੇ ਸਾਡੇ ਕੋਲ ਸਿਰਫ 10 ਮਿੰਟਸ ਹੋਣਗੇ। 10 ਮਿੰਟਸ ਦੇ ਵਿੱਚ ਜਿਹੜਾ ਆਪਣੇ ਏਰੀਏ ਨੂੰ ਜ਼ਿਆਦਾ ਕਲੀਨ ਕਰੂਗਾ ਤੇ ਉਹੀ ਹੋਊਗਾ ਵਿਨਰ, ਤੇ ਹਾਰਨ ਵਾਲੇ ਨੂੰ ਦਿੱਤੀ ਜਾਊਗੀ ਪਨਿਸ਼ਮੈਂਟ। ਪਨਿਸ਼ਮੈਂਟ ਤੁਹਾਨੂੰ ਐਂਡ ਦੇ ਵਿੱਚ ਦੱਸਾਂਗੇ। ਠੀਕ ਹੈ, ਤੇ ਹੁਣ ਪ੍ਰੋਬਲਮ ਸਾਡੇ ਕੋਲ ਕੀ ਹੈ? ਸਾਡੇ ਕੋਲ ਜਿਹੜੇ ਔਜ਼ਾਰ ਨੇ, ਹਥਿਆਰ ਨੇ ਕਲੀਨਿੰਗ ਕਰਨ ਵਾਲੇ, ਉਹ ਬਹੁਤ ਥੋੜੇ ਨੇ ਤੇ ਉਹਦੇ ਲਈ ਅਸੀਂ ਪਰਚੀਆਂ ਪਾਉਣ ਲੱਗੇ ਹਾਂ। ਤੇ ਜਿਹੜਾ ਬੰਦੇ ਦੀ ਪਰਚੀ ਪਹਿਲਾਂ ਆਊਗੀ, ਜਿਹਦਾ ਨਾਮ ਆਊਗਾ, ਉਹ ਹਥਿਆਰ ਚੂਜ਼ ਕਰ ਸਕਦਾ। ਠੀਕ ਹੈ, ਤੇ ਬਾਕੀ ਦੂਸਰੇ ਨੂੰ ਜੋ ਟੁੱਟਿਆ ਭੱਜਿਆ ਸੰਗੂਗਾ ਉਹੀ ਮਿਲੂਗਾ। ਤੇ ਚਲੋ ਆਪਾਂ ਸਟਾਰਟ ਕਰਦੇ ਹਾਂ ਫਿਰ ਚੈਲੰਜ। ਆ ਜਾਓ ਈਜ਼ੀ ਨਹੀਂ ਹੈਗਾ ਚੈਲੰਜ, ਬਹੁਤ ਜ਼ਿਆਦਾ ਹਾਰਡ ਆ। ਬਸ ਹੋ ਗਈ ਦੋਵਾਂ ਦੀ। ਓ ਮਾਈ ਗੋਡ, ਲੈਟਸ ਡੂ ਇਟ। ਸੀ ਯੂਅਰ ਹੈਂਡਸ, ਦੇਖ ਤੇਰੇ ਹੱਥ ਨਾਲੇ ਮੇਰੇ ਕਿੰਨਾ ਫਰਕ ਆ। ਬਸ ਹੋ ਗਈ, ਕਿੰਨਾ ਟਾਈਮ ਹੋ ਗਿਆ? ਮੈਨੂੰ ਲੱਗਦਾ ਟਾਈਮ ਹੋ ਚੁੱਕਿਆ ਸਾਡਾ, ਕਿਉਂਕਿ ਵੀਡੀਓ ਵੀ ਉਨੇ ਟਾਈਮ ਦੀ ਬਣ ਗਈ। ਆ ਗਈ ਮੇਰੀ ਤੇਰੀ, ਇੰਨਾ ਪੱਤਾ ਕਾ ਹੱਥਾਂ ਦੇ ਨਾਲ ਹੀ। ਉਹ ਦੇਖੋ ਏਰੀਆ ਮੇਰਾ, ਇਹਦਾ ਦੇਖੋ, ਇਹਦਾ ਦੇਖੋ, ਆਹ ਮੇਰਾ ਏਰੀਆ ਆ ਗਿਆ। ਇੰਨਾ ਇਹਦਾ ਆ ਗਿਆ, ਇਹਦਾ ਘਾਹ ਉਹ ਪਿਆ, ਉਹ ਕਿੰਨਾ ਘਾਹ ਪਿਆ। ਨਹੀਂ ਨਹੀਂ, ਉਹ ਮੇਰੇ ਏਰੀਆ 'ਚ ਨਹੀਂ ਆਉਂਦਾ। ਨਹੀਂ ਨਹੀਂ, ਉਹ ਨਹੀਂ ਆਉਂਦਾ। ਆ ਇਹਦੀ ਫੱਟੀ ਤੋਂ ਇੱਧਰ ਇੱਧਰਲੀ ਸਾਈਡ ਸੀਗੀ, ਹਾਂ ਉਹ ਰਹਿ ਗਿਆ ਥੋੜ੍ਹਾ ਜਿਹਾ, ਪਰ ਮੇਰਾ ਜ਼ਿਆਦਾ ਵੀ ਸੀ। ਨਹੀਂ ਨਹੀਂ ਨਹੀਂ, ਮੇਰਾ ਜ਼ਿਆਦਾ ਸੀ। ਆ ਮੇਰੀ ਢੇਰੀ ਦੇਖ ਕਿੱਡੀ ਵੱਡੀ। ਨਹੀਂ ਨਹੀਂ, ਮੇਰੀ ਢੇਰੀ ਦੇਖੋ ਕਿੱਡੀ ਵੱਡੀ। ਨਹੀਂ ਨਹੀਂ, ਢੇਰੀ ਵੇਖੋ। ਨਾ 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 ਨਾ, ਨਹੀਂ ਬਈ, ਮੈਨੂੰ ਨਹੀਂ ਸੀ। ਮੈਨੂੰ ਬਹੁਤ ਇਮੋਸ਼ਨਲ ਬਲੈਕਮੇਲ ਕੀਤਾ ਜਾ ਰਿਹਾ ਕਿ ਤੂੰ ਹਾਰ ਜਾ ਪਲੀਜ਼, ਮੈਂ ਨਹੀਂ ਹਾਰਨਾ। ਤੇ ਮੇਰੀ ਵੀ ਬਸ ਹੋ ਗਈ ਘਾਹ ਕਰਦੇ ਜੀ। ਓ ਮਾਈ ਗੋਡ, ਪਨਿਸ਼ਮੈਂਟ ਤਾਂ ਦੱਸੀ ਤਾਂ ਹੈ ਨਹੀਂ। ਸੋ ਸਾਡੀ ਪਨਿਸ਼ਮੈਂਟ ਇਹ ਸੀਗੀ ਕਿ ਜਿਹੜਾ ਵੀ ਹਾਰੂਗਾ ਉਹ ਸਵੇਰੇ ਉੱਠ ਕੇ ਡੇਲੀ ਚਾਹ ਬਣਾਊਗਾ, ਕਿਉਂਕਿ ਸਾਨੂੰ ਸੰਡੇ ਤੱਕ ਨਾ ਦੈਨ ਯੂ ਗੋਨਾ ਮੇਕ ਇਟ। ਯੈਸ, ਯੂ ਹੈਵ ਲੋਸਟ ਇਟ, ਦੈਟਸ ਇਟ, ਯੂ ਆਰ ਡੈਡ, ਯੂ ਆਰ ਡੈਡ, ਦੈਟਸ ਇਟ। ਓਕੇ ਗਾਈਸ, ਤੋ ਆਪਾਂ ਵੀਡੀਓ ਇੱਥੇ ਫਿਨਿਸ਼ ਕਰਦੇ ਹਾਂ। ਕੰਮ ਵੀ ਹੋ ਗਿਆ ਪੂਰਾ ਅਤੇ ਨਾਲੇ ਵੀਡੀਓ ਵੀ ਬਣ ਗਈ ਆਪਣੀ। ਠੀਕ ਹੈ, ਅਤੇ ਮਿਲਦੇ ਹਾਂ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਵਿੱਚ। ਉਹਨਾਂ ਤੱਕ ਚੈਲੰਜ ਲੈ ਕੇ, ਹਾਂ ਉਦੋਂ ਤੱਕ ਲਈ ਟੇਕ ਕੇਅਰ, ਬਾਏ ਬਾਏ, ਐਂਡ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਤੁਹਾਨੂੰ ਵਧੀਆ ਲੱਗਿਆ। ਓਕੇ, ਸੀ ਯੂ, ਬਾਏ।